ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼। ਇਹ ਤਸਵੀਰਾਂ ਸਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਦੇ ਨੇੜੇ ਲੰਘਦੀ ਮੰਮੜ ਨਹਿਰ ਦੀਆਂ ਦੇਖ ਰਹੇ ਹੋ, ਜਿੱਥੇ ਨਹਿਰ ਟੁੱਟਣ ਨਾਲ ਪਾਣੀ ਕਾਫੀ ਦੂਰ ਤੱਕ ਖੇਤਾਂ ਅਤੇ ਢਾਣੀਆਂ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਰੀਬ 4:30 ਵਜੇ ਨਹਿਰ ਟੁੱਟਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪਿੰਡ ਦੇ ਲੋਕ ਕਾਫੀ ਵੱਡੀ ਤਾਦਾਦ ਦੇ ਵਿੱਚ ਮੌਕੇ 'ਤੇ ਪਹੁੰਚੇ ਅਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਨਹਿਰ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਵੀ ਪਹੁੰਚੇ ਆ। ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ, ਦੂਰ ਦੂਰ ਤੱਕ ਢਾਣੀਆਂ ਦੇ ਵਿੱਚ ਪਾਣੀ ਪਹੁੰਚ ਗਿਆ ਅਤੇ ਫਸਲਾਂ ਦੇ ਵਿੱਚ ਵੀ ਪਾਣੀ ਭਰ ਗਿਆ। ਢਾਣੀਆਂ ਦੇ ਨੇੜੇ ਪਾਣੀ ਪਹੁੰਚਣ ਕਰਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਨੂੰ ਦੱਸ ਦਈਏ ਕਿ ਨਹਿਰ ਵਿਭਾਗ ਵੱਲੋਂ ਮੌਕੇ 'ਤੇ ਪਹੁੰਚ ਕੇ ਨਹਿਰ ਦੇ ਟੁੱਟੇ ਹੋਏ ਬੰਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਾਣੀ ਨਹਿਰ ਦਾ ਬੰਦ ਕਰਵਾ ਦਿੱਤਾ ਗਿਆ। ਜਦੋਂ ਹੀ ਪਾਣੀ ਦੀ ਰਫ਼ਤਾਰ ਘਟਦੀ ਹੈ ਤਾਂ JCB ਦੀ ਸਹਾਇਤਾ ਨਾਲ ਨਹਿਰ ਨੂੰ ਬੰਨ ਦਿੱਤਾ ਜਾਵੇਗਾ। ਇਹ ਤਸਵੀਰਾਂ ਦੇਖ ਸਕਦੇ ਹੋ ਪਿੰਡ ਫੱਗੂ ਦੀਆਂ। ਮੰਮੜ ਨਹਿਰ ਪਿੰਡ ਵਾਲੇ ਪਾਸੇ ਟੁੱਟ ਗਈ ਆ ਅਤੇ ਪਾਣੀ ਕਾਫੀ ਤੇਜ਼ ਬਹਾਅ ਹੋਣ ਕਰਕੇ ਦੂਰ ਦੂਰ ਤੱਕ ਪਾਣੀ ਪਾਣੀ ਭਰ ਗਿਆ। ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਪਿੰਡ ਫੱਗੂ ਤੋਂ ਦੇਖ ਰਹੇ ਹੋ। ਨਹਿਰ ਟੁੱਟਣ ਨਾਲ ਫਸਲਾਂ ਜਲਮਗਨ ਹੋ ਗਈਆਂ। ਦੂਜੇ ਪਾਸੇ ਕਰੀਬ 1 ਦਰਜਨ ਤੋਂ ਜ਼ਿਆਦਾ ਢਾਣੀਆਂ ਨੇੜੇ ਰਹਿੰਦੀਆਂ ਜਿਹੜੀਆਂ, ਉਹਨਾਂ ਦੇ ਢਾਣੀਆਂ ਤੱਕ ਪਾਣੀ ਪਹੁੰਚ ਗਿਆ, ਘਰਾਂ ਦੇ ਵਿੱਚ ਪਾਣੀ ਵੜ ਗਿਆ, ਪਰ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨਹਿਰ ਦੇ ਵਿੱਚ ਸਫੈਦਾ ਸਿੱਟ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰਾਤ ਜਿਹੜੀ ਤੇਜ਼ ਹਨੇਰੀ ਆਈ, ਇਸ ਕਰਕੇ ਹੋ ਸਕਦਾ ਹੈ ਕਿ ਨਹਿਰ ਦੇ ਵਿੱਚ ਕਾਫੀ ਦਰਖਤ ਟੁੱਟਣ ਨਾਲ ਪਾਣੀ ਦਾ ਬੰਨ ਲੱਗ ਗਿਆ ਅਤੇ ਪਾਣੀ ਦਾ ਜਿਹੜਾ ਫੱਗੂ ਦੇ ਨੇੜੇ ਹੈ ਨਹਿਰ, ਉਹ ਟੁੱਟ ਗਈ ਹੈ। ਆਹ ਤਸਵੀਰਾਂ ਢਾਣੀ ਦੇ ਨੇੜੇ ਦੀਆਂ, ਆਹ ਦੇਖ ਸਕਦੇ ਹੋ ਢਾਣੀ ਦੇ ਨਾਲ ਪਾਣੀ ਪਹੁੰਚ ਚੁੱਕਿਆ ਅਤੇ ਗੱਟੇ ਲਾ ਕੇ ਮਿੱਟੀ ਦੇ ਮਕਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜ਼ਿਆਦਾ ਦੇਰ ਤੱਕ ਪਾਣੀ ਮਕਾਨਾਂ ਦੇ ਨਾਲ ਨਿਉਂ ਤੱਕ ਖੜ੍ਹਾ ਰਿਹਾ ਤਾਂ ਮਕਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਅਤੇ ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ, ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਸਾਰੇ ਜਣੇ ਨਾਲ ਲਾ ਦਿਓ ਯਾਰ, ਦੁਬਾਰੇ ਪਾ ਦਿਓ, ਇਹ ਵੀ ਘਟਾ ਗਈ ਇੱਥੇ।